ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਇੱਕ ਸਿੰਗਰ ਕਾਕਾ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਦਾ ਇੱਕ ਗੀਤ ਬੜਾ ਫੇਮਸ ਹੋਇਆ ਸੀ ਵੈਸੇ ਤਾਂ ਉਹਨਾਂ ਦੇ ਬਹੁਤ ਸਾਰੇ ਗੀਤ ਆ ਗਏ ਪਰ ਇੱਕ ਗੀਤ ਦੇ ਨਾਲ ਉਹਨਾਂ ਨੇ ਜਿਹੜਾ ਸਟਾਰਟਿੰਗ ਕੀਤਾ ਸੀ ਕਹਿ ਲੈਣ ਦੇ ਹੈਨਾ ਔਰ ਉਹ ਕਾਕਾ ਜਿਹੜਾ ਮੁੰਡਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਉਹਨਾਂ ਬਾਰੇ ਕੁਝ ਲੋਕ ਜਾਣਦੇ ਵੀ ਆ ਵੀ ਉਹ ਮਿਡਲ ਕਲਾਸ ਫੈਮਿਲੀ ਚੋਂ ਸੰਘਰਸ਼ ਕਰਕੇ ਮੁੰਡਾ ਅੱਗੇ ਆਇਆ। ਔਰ ਉਸ ਮੁੰਡੇ ਨੇ ਕਲਾਕਾਰ ਨੇ ਉਹਨੇ ਆਪਦੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਆ। ਲਾਇਬ੍ਰੇਰੀ ਚੰਗੀ ਸੋਚ ਵਾਲਾ ਬੰਦਾ ਹੀ ਬਣਾਉਂਦਾ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਬਹੁਤ-ਬਹੁਤ ਸਿੱਖਣ ਨੂੰ ਮਿਲਦਾ। ਉਹ ਚਾਹੁੰਦਾ ਤਾਂ ਕੋਈ ਆਪਦਾ ਬਹੁਤ ਵਧੀਆ ਟੌਪ ਦੀ ਕੋਠੀ ਪਾ ਲੈਂਦਾ ਉਹਨੇ ਪੈਸਿਆਂ ਦੇ ਵਿੱਚ ਕਿਉਂਕਿ ਬਹੁਤ ਖੂਬਸੂਰਤ ਜਿਹੜੀ ਲਾਇਬ੍ਰੇਰੀ ਉਹਨਾਂ ਨੇ ਆਪਦੇ ਪਿੰਡ ਦੇ ਵਿੱਚ ਬਣਾਈ ਆ। ਸੋ ਉਸ ਤੋਂ ਬਾਅਦ ਉਹਨਾਂ ਦੀ ਇੱਕ ਇੰਟਰਵਿਊ ਹੁੰਦੀ ਆ ਇੱਕ ਅਲੱਗ ਵਿਸ਼ਾ ਵੀ ਉਹਨਾਂ ਨੇ ਆਪਦੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਆ ਸੋ ਇਹ ਬਹੁਤ ਵਧੀਆ ਗੱਲ ਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਰ ਉਹਨਾਂ ਦੀ ਇੱਕ ਇੰਟਰਵਿਊ ਹੁੰਦੀ ਜਿਹਦੇ ਵਿੱਚ ਕਿ ਉਹਨਾਂ ਨੇ ਇਹ ਕਿਹਾ ਕਿ ਮੈਂ ਨਾਸਤਕ ਆ ਹੁਣ ਇਹ ਕਿਸੇ ਬੰਦੇ ਦੇ ਪਰਸਨਲ 뷰 ਹੋ ਸਕਦੇ ਆ ਵੀ ਉਹ ਨਾਸਤਕ ਆ ਆਸਤਕ ਆ ਔਰ ਰੱਬ ਦੀ ਹੋਂਦ ਨੂੰ ਮੰਨਦਾ ਜਾਂ ਨਹੀਂ ਮੰਨਦਾ ਪਰ ਉੱਥੇ ਮੈਂ ਦੇਖਿਆ ਵੀ ਕਮੈਂਟਾਂ ਦੇ ਵਿੱਚ ਜਿਹੜੇ ਧਰਮ ਦੇ ਠੇਕੇਦਾਰ ਆ ਉਹਨੇ ਉਸ ਬੰਦੇ ਨੂੰ ਇੰਨੇ ਕ ਮਤਲਬ ਭੱਦੇ ਕਮੈਂਟ ਕੀਤੇ ਕਿ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਵੀ ਉਹੀ ਕਹਿ ਰਿਹਾ ਵੀ ਇਹਨਾਂ ਦੀ ਜਿਹੜੀ 4 ਰੁਪਏ ਆ ਗਿਆ ਇਹਨਾਂ ਦੀ ਜਿਹੜੀ ਮਤਲਬ ਕਿ ਬਰਾਦਰੀ ਆ ਜਾਂ ਜਿਹੜੇ ਜਿਵੇਂ ਵੀ ਉਹਨਾਂ ਵੀ ਉਹ ਮਿਡਲ ਕਲਾਸ ਫੈਮਿਲੀ ਚ ਬਿਲੋਂਗ ਕਰਦਾ ਕਾਕਾ ਤਾਂ ਵੀ ਇਹਦੇ ਕੋਲੇ 4 ਰੁਪਏ ਆ ਗਏ ਉਹਨੇ ਰੱਬ ਨੂੰ ਟੱਬ ਦੱਸਦਾ ਜਦੋਂ ਇਹਤੇ ਕੋਈ ਮੁਸੀਬਤ ਪਈ ਗਾਣੇ ਚੱਲਣੋਂ ਹਟ ਗਏ ਤਾਂ ਫਿਰ ਉਹਨੂੰ ਰੱਬ ਦੀ ਜਿਹੜੀ ਯਾਦ ਆਉਣੀ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੂੰ ਕਮੈਂਟ ਕੀਤੇ ਜਾ ਰਹੇ ਆ ਅਸੀਂ ਤੁਹਾਨੂੰ ਨਾਲ ਸਕਰੀਨਸ਼ਾਟ ਵੀ ਪਾ ਦਾਂਗੇ ਸੋ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਚਲੋ ਮੈਂ ਵੀ ਆਪਦੀਆਂ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਕਿ ਮੈਂ ਵੀ ਅ ਦੇਖੋ ਮੈਂ ਕਟੜ ਨਹੀਂ ਕਿਸੇ ਵੀ ਚੀਜ਼ ਦੇ ਵਿੱਚ ਪਰ ਰੱਬ ਦੀ ਹੋਂਦ ਨੂੰ ਜਾਂ ਕਹਿ ਲਈਏ ਕਿ ਮੈਂ ਇੱਕ ਨਾਸਤਿਕ ਬੰਦਾ ਮੈਂ ਵੀ ਕਿਸੇ ਵੀ ਰੱਬ ਨੂੰ ਨਹੀਂ ਮੰਨਦਾਗਾ ਮੈਂ ਕਿਸੇ ਅੱਗੇ ਤੂ ਬਤ ਨਹੀਂ ਕਰਦਾ ਹਨਾ ਸੋ ਉਸ ਬੰਦੇ ਨੇ ਵੀ ਇਸ ਤਰ੍ਹਾਂ ਦਾ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਉਹ ਸਡਨਲੀ ਹੋ ਗਿਆ ਮਤਲਬ ਉਹਦਾ ਕੋਈ ਇਰਾਦਾ ਨਹੀਂ ਸੀ ਇਸ ਟੌਪਿਕ ਤੇ ਗੱਲ ਕਰਨ ਦਾ ਉਹ ਜਦੋਂ ਪੱਤਰਕਾਰ ਨੇ ਜੈਂਕਰ ਨੇ ਸਵਾਲ ਪੁੱਛਿਆ ਤਾਂ ਉਹ ਉਹਦੇ ਮੂੰਹ ਦੇ ਵਿੱਚੋਂ ਉਹ ਗੱਲ ਨਿਕਲ ਗਈ ਜਿਹੜੀ ਕਿ ਕੋਈ ਵੀ ਬੰਦਾ ਅਸੀਂ ਆਜ਼ਾਦ ਭਾਰਤ ਦੇ ਵਿੱਚ ਰਹਿੰਨੇ ਆ ਉਹ ਬੰਦੇ ਦੀ ਆਪ ਦੀ ਇੱਛਾ ਉਹਦੀ ਮਰਜ਼ੀ ਆ ਵੀ ਉਹਨੇ ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਪਰ ਇਹ ਧਰਮ ਦੇ ਠੇਕੇਦਾਰ ਹਨਾ ਮਤਲਬ ਕਿ ਬੱਗਾ ਬਣ ਕੇ ਵੀ ਆਪਦੇ ਮਤਲਬ ਆਪਦੇ ਆਪ ਨੂੰ ਸਿੱਖ ਘਾਉਣ ਵਾਲੇ ਬੰਦੇ ਵੀ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਆ ਜਦੋਂ ਕਿ ਅਸੀਂ ਬਾਬੇ ਨਾਨਕ ਦੀ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਇਸ ਦੇ ਬਾਵਜੂਦ ਵੀ ਅਸੀਂ ਉਸ ਬੰਦੇ ਨੂੰ ਇਸ ਤਰ੍ਹਾਂ ਦੀਆਂ ਦੁਆਵਾਂ ਦੇ ਰਹੇ ਆ ਕਿ ਤੇਰੇ ਜਿਹੜੇ ਗਾਣੇ ਚੱਲਣ ਉਹ ਹਟ ਜਾਣ ਫਿਰ ਤੈਨੂੰ ਰੱਬ ਦਾ ਪਤਾ ਲੱਗੂਗਾ ਜਦੋਂ ਤੇਰੇ ਕੋਲੇ ਪੈਸੇ ਨਾ ਹੋਣ ਜਦੋਂ ਤੇਰੀ ਜਿਹੜੀ ਪਛਾਣ ਤੇਰੀ ਖਤਮ ਹੋ ਗਈ ਫਿਰ ਤੈਨੂੰ ਰੱਬ ਯਾਦ ਆਊਗਾ ਮਤਲਬ ਕਿ ਯਾਰ ਲੋਕ ਧੱਕੇ ਨਾਲ ਹੋਪਣ ਲੱਗੇ ਹੋਇਆ ਵੀ ਤੁਸੀਂ ਰੱਬ ਨੂੰ ਮੰਨੋ ਵੀ ਅਸੀਂ ਇਸ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਰਹਿ ਰਹੇ ਆ ਵੀ ਜੇ ਅਸੀਂ ਕਿਤੇ ਆਪਦੀ ਮਰਜ਼ੀ ਦੇ ਨਾਲ ਥੋੜੀ ਬਹੁਤ ਹਿੰਮਤ ਕਰਕੇ ਇਹ ਗੱਲ ਕਹਿ ਵੀ ਦਿੰਦੇ ਆ ਵੀ ਅਸੀਂ ਕਿਸੇ ਰੱਬ ਨੂੰ ਨਹੀਂ ਮੰਨਦੇ ਤਾਂ ਜਿਹੜੇ ਰੱਬ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਇਹ ਗੱਲ ਕਿਵੇਂ ਕਹਿ ਰਹੇ ਆ ਵੀ ਜਦੋਂ ਸਾਡੇ ਵਰਗੇ ਬਹੁਤ ਸਾਰੇ ਲੋਕ ਆ ਜਿਹੜੇ ਨਾਸਤਕ ਆ ਜਿਹੜੇ ਮਤਲਬ ਕਿਸੇ ਵਹਿਮ ਪਰੋਂ ਦੇ ਵਿੱਚ ਨਹੀਂ ਪੈਂਦੇ ਬਹੁਤ ਸਾਰੇ ਲੋਕ ਆ ਪਰ ਉਹਨਾਂ ਨੇ ਤਾਂ ਕਦੇ ਇਸ ਚੀਜ਼ ਤੇ ਇਤਰਾਜ਼ ਜਤਾਇਆ ਨਹੀਂ ਮੈਨੂੰ ਲੱਗਦਾ ਵੀ ਨਾਸਤਿਕ ਹੋਣਾ ਵੀ ਇੱਕ ਆਪ ਦੇ ਵਿੱਚ ਆਪਦੇ ਆਪ ਵਿੱਚ ਬਹੁਤ ਵੱਡੀ ਕੁਰਬਾਨੀ ਆ ਹਨਾ ਸੋ ਮੈਂ ਉਹਨਾਂ ਲੋਕਾਂ ਨੂੰ ਇਹੀ ਜਵਾਬ ਦੇਣਾ ਚਾਹਣਾ ਵੀ ਤੁਸੀਂ ਧਰਮ ਦੇ ਠੇਕੇਦਾਰ ਨਾ ਬਣੋ ਸ਼ਾਇਦ ਤੁਹਾਡੀਆਂ ਹਰਕਤਾਂ ਕਰਕੇ ਹੀ ਤੁਹਾਡੇ ਵਰਗੇ ਲੋਕਾਂ ਦੀਆਂ ਹਰਕਤਾਂ ਕਰਕੇ ਜਿਹੜੇ ਸਾਡੇ ਵਰਗੇ ਲੋਕ ਆ ਉਹ ਅੱਜ ਨਾਸਤਿਕ ਬਣੇ ਆ ਉਹ ਅੱਜ ਰੱਬ ਦੀ ਜਿਹੜੀ ਹੋਂਦ ਨੂੰ ਜਿਹੜਾ ਉਹ ਨਹੀਂ ਮੰਨਦੇ ਤੁਹਾਡੇ ਵਰਗੇ ਲੋਕਾਂ ਕਰਕੇ ਕਿਉਂਕਿ ਤੁਹਾਡੇ ਵਰਗੇ ਲੋਕ ਜਦੋਂ ਧਾਰਮਿਕ ਸਥਾਨਾਂ ਤੇ ਬਹਿ ਕੇ ਇਨਸਾਨੀਅਤ ਦੇ ਖਿਲਾਫ ਮਤੇ ਪਾਉਂਦੇ ਆ ਇਨਸਾਨੀਅਤ ਨੂੰ ਖਤਮ ਕਰ ਦਿੰਦੇ ਆ ਔਰ ਉਹਨਾਂ ਨੂੰ ਕਿਤੇ ਵੀ ਇਨਸਾਨਾਂ ਦਾ ਫਿਕਰ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਵੱਲੋਂ ਬਣਾਏ ਗਏ ਇੱਕ ਰੱਬ ਦਾ ਜਾਂ ਮੂਰਤੀਆਂ ਦਾ ਜਿਹੜਾ ਫਿਕਰ ਹੁੰਦਾ ਤੇ ਉਹ ਜਿਹੜਾ ਇਨਸਾਨਾਂ ਨੂੰ ਮਾਰਦੇ ਆ ਉਸ ਚੀਜ਼ ਦੇ ਪਿੱਛੇ ਸੋ ਇਹੀ ਮੈਂ ਕਹਿਣਾ ਚਾਹਣਾ ਵੀ ਅਸੀਂ ਉਹ ਸਮਾਜ ਦੇ ਵਿੱਚ ਰਹਿ ਰਹੇ ਆ ਵੀ ਜਿੱਥੇ ਅਗਰ ਅਸੀਂ ਹਿੰਮਤ ਕਰਕੇ ਕਹਿ ਵੀ ਦਈਏ ਕਿ ਅਸੀਂ ਨਾਸਤਕ ਆ ਤਾਂ ਫਿਰ ਸਾਡੀ ਉਸ ਚੀਜ਼ ਨੂੰ ਜਿਹੜਾ ਇਹ ਲੋਕ ਉਸ ਜਿਹੜੀ ਅਸੀਂ ਮੂੰਹ ਚੋਂ ਸ਼ਬਦ ਨਿਕਲ ਜਾਂਦੇ ਆ ਇਹ ਕੋਸ਼ਿਸ਼ ਕਰਦੇ ਆ ਵੀ ਉਹ ਸ਼ਬਦ ਅਸੀਂ ਵਾਪਸ ਲੈ ਲਈਏ ਕਿਉਂਕਿ ਇਹ ਚਾਹੁੰਦੇ ਨਹੀਂ ਵੀ ਅਸੀਂ ਕਿਸੇ ਵੀ ਤਰ੍ਹਾਂ ਨਾਲ ਆਜ਼ਾਦ ਹੋਈਏ ਇਹ ਚਾਹੁੰਦੇ ਕਿ ਅਸੀਂ ਧਾਰਮਿਕ ਮਾਨਸਿਕ ਤੌਰ ਤੇ ਗੁਲਾਮ ਰਹੀਏ ਸੋ ਕਾਕੇ ਨੂੰ ਮੈਂ ਵਧਾਈ ਦਿੰਦਾ ਬਹੁਤ ਵਧੀਆ ਕਲਾਕਾਰ ਨੇ ਗੀਤ ਵੀ ਸਾਨੂੰ ਬਹੁਤ ਪਸੰਦ ਆ ਬਹੁਤ ਸਾਫ਼ ਸੁਥਰੇ ਗੀਤ ਹੁੰਦੇ ਆ ਔਰ ਗੀਤਾਂ ਦੇ ਵਿੱਚ ਇੱਕ ਸਾਹਿਤਕ ਵੀ ਆਪਾਂ ਜਦੋਂ ਕੋਈ ਬੰਦਾ ਗੱਲ ਕਰਦਾ ਆਮ ਬੰਦਾ ਜਦੋਂ ਕੋਈ ਗੱਲ ਕਰਦਾ ਜਦੋਂ ਕੋਈ ਕਲਾਕਾਰ ਗੀਤ ਗਾਉਂਦਾ ਲਿਖਦਾ ਤਾਂ ਉਹਦੇ ਜਿਹੜੇ ਲਫ਼ਜ਼ ਹੁੰਦੇ ਆ ਉਹਨਾਂ ਦੇ ਵਿੱਚੋਂ ਉਹ ਚੀਜ਼ ਝਲਕਦੀ ਆ ਕਿ ਬੰਦਾ ਸਾਹਿਤਿਕਾ ਬੰਦੇ ਨੇ ਕੁਝ ਪੜ੍ਹਿਆ ਬੰਦੇ ਦੇ ਕੋਲ ਕੁਝ ਗਿਆਨ ਆ ਸ਼ਬਦਾਂ ਦਾ ਗਿਆਨ ਆ ਤੇ ਉਹ ਚੀਜ਼ ਕਾਕੇ ਦੇ ਗੀਤਾਂ ਦੇ ਵਿੱਚ ਵੀ ਸਾਨੂੰ ਨਜ਼ਰ ਆਉਂਦੀ ਆ ਸੋ ਜਿਹੜੇ ਕਾਕੇ ਨੂੰ ਇਸ ਤਰ੍ਹਾਂ ਟਰੋਲ ਕਰ ਰਹੇ ਆ ਕਮੈਂਟਾਂ ਦੇ ਵਿੱਚ ਮੈਂ ਥੱਲੇ ਸਕਰੀਨਸ਼ਾਟ ਲਾ ਦੂੰਗਾ ਤੇ ਤੁਸੀਂ ਵੀ ਆਪਣੀ ਜਿਹੜੀ رائے ਆ ਉਹ ਦੇਣੀ ਆ ਵੀ ਕੀ ਯਾਰ ਕੋਈ ਬੰਦਾ ਵੈਸਾ ਮੈਨੂੰ ਲੱਗਦਾ ਵੀ ਕਾਕਿਆ ਨੂੰ ਹੁਣ ਜਿਹੜੀਆਂ ਇੰਟਰਵਿਊਆਂ ਦੇਣੀਆਂ ਨਹੀਂ ਚਾਹੀਦੀਆਂ ਕਿਉਂਕਿ ਫਿਰ ਕੰਟਰੋਵਰਸੀ ਤੇ ਆਇਆ ਕੰਟਰੋਵਰਸੀ ਤੇ ਆਇਆ ਨਾ ਕੰਮ ਪਰ ਮੈਂ ਤੁਹਾਨੂੰ ਪੁੱਛਣਾ ਚਾਹਣਾ ਜਿਹੜੇ ਲੋਕ ਮੇਰੀ ਵੀਡੀਓ ਦੇਖ ਰਹੇ ਆ ਵੀ ਕੀ ਕੋਈ ਬੰਦਾ ਆਪਦੇ ਦਿਮਾਗ ਦੇ ਨਾਲ ਸੋਚ ਸਮਝਾਏ ਉਹ ਬੰਦਾ ਗਲਤ ਆ ਇੱਕ ਟਾਈਮ ਤੇ ਕਿ ਉਹ ਬੰਦਾ ਇਹ ਫੈਸਲਾ ਨਹੀਂ ਲੈ ਸਕਦਾ ਵੀ ਮੈਂ ਕਿਸੇ ਰੱਬ ਨੂੰ ਨਹੀਂ ਮੰਨਣਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਔਰ ਮੈਨੂੰ ਕਮੈਂਟ ਲਿਖ ਕੇ ਜਰੂਰ ਦੱਸਿਓ ਵੀ ਤੁਹਾਡੀ ਕੀ ਰਾਏ ਐ ਇਸ ਜਿਹੜੀ ਮੈਂ ਤੁਹਾਨੂੰ ਇਹੜੀ ਸਟੋਰੀ ਦਸਤੀ ਹੈ ਜਿਹੜੇ ਵਿਸ਼ਾ ਆਪਣਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਜੈ ਭੀਮ ਜੈ ਭਾਰਤ